ਹੈਲੋ ਬੱਚਿਓ, ਤਾਂ ਸਾਡੇ ਕੋਲ ਕੰਪੀਟੈਂਸੀ ਐਨਹੈਂਸਮੈਂਟ ਪ੍ਰੋਗਰਾਮ ਵਾਲੀ ਪ੍ਰੈਕਟਿਸ ਸ਼ੀਟ 2 ਵੀ ਆ ਗਈ ਹੈ ਵਿਗਿਆਨ ਵਿਸ਼ੇ ਦੀ। ਤਾਂ ਅਸੀਂ ਇਸ ਜੋ ਵਰਕਸ਼ੀਟ ਹੈ ਇਸ ਨੂੰ ਡਿਸਕਸ ਕਰਦੇ ਹਾਂ। ਇਸ ਦੇ ਵਿੱਚ ਸਾਡੇ ਕੋਲ ਬਿਜਲੀ ਅਤੇ ਸਰਕਟ ਵਾਲਾ ਜੋ ਪਾਠ ਹੈ ਉਹ ਦਿੱਤਾ ਹੋਇਆ। ਇਸ ਦੇ ਵਿੱਚ ਜੋ ਪਹਿਲਾ ਕੁਐਸਚਨ ਸਾਡੇ ਕੋਲ ਹੈ, ਸੂਰਜ ਦੀ ਖਿਡੌਣਾ ਕਾਰ ਬਿਜਲੀ ਸੈੱਲ ਨਾਲ ਚੱਲਦੀ ਹੈ। ਇੱਕ ਦਿਨ ਉਹ ਕਾਰ ਨਾ ਚੱਲੀ ਤਾਂ ਉਸਦੇ ਪਿਤਾ ਜੀ ਨੇ ਕਾਰ ਦੇ ਸੈੱਲ ਬਦਲ ਦਿੱਤੇ ਤਾਂ ਉਹ ਫਿਰ ਚੱਲ ਪੈਂਦੀ ਹੈ। ਸੂਰਜ ਖੁਸ਼ ਹੁੰਦਾ ਹੈ ਅਤੇ ਆਪਣੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਪੁਰਾਣੇ ਸੈੱਲ ਨੇ ਕੰਮ ਕਰਨਾ ਕਿਉਂ ਬੰਦ ਕਰ ਦਿੱਤਾ ਸੀ। ਤਾਂ ਪਿਤਾ ਜੀ ਉਸਨੂੰ ਦੱਸਦੇ ਹਨ ਕਿ ਸੈੱਲ ਪੁਰਾਣਾ ਹੋ ਗਿਆ ਸੀ। ਆਪਸ਼ਨਾਂ ਵਿੱਚੋਂ ਆਪਾਂ ਦੱਸਣਾ, ਸੈੱਲ ਦਾ ਸਟਿੱਕਰ ਉਤਰ ਗਿਆ ਸੀ, ਸੈੱਲ ਦੇ ਅੰਦਰ ਰਸਾਇਣਿਕ ਪਦਾਰਥ ਦੀ ਵਰਤੋਂ ਹੋ ਚੁੱਕੀ ਸੀ, ਸੈੱਲ ਦੇ ਅੰਦਰ ਤੇਲ ਖਤਮ ਹੋ ਗਿਆ ਸੀ। ਤਾਂ ਸੈੱਲ ਦੇ ਅੰਦਰ ਕੋਈ ਤੇਲ ਨਹੀਂ ਹੁੰਦਾ, ਸਟਿੱਕਰ ਉਤਰਨ ਨਾਲ ਕੋਈ ਫਰਕ ਨਹੀਂ ਪੈਂਦਾ, ਪੁਰਾਣਾ ਸੈੱਲ ਹੋਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਉਸਦੇ ਵਿੱਚ ਕੀ ਹੋਇਆ ਸੀਗਾ ਕਿ ਸੈੱਲ ਦੇ ਅੰਦਰ ਜੋ ਰਸਾਇਣਿਕ ਪਦਾਰਥ ਭਰਿਆ ਹੁੰਦਾ ਉਹਦੀ ਵਰਤੋਂ ਹੋ ਚੁੱਕੀ ਸੀ, ਇਸ ਕਰਕੇ ਜਿਹੜਾ ਸੈੱਲ ਆ ਉਹ ਡੈੱਡ ਹੋ ਗਿਆ ਸੀ, ਤਾਂ ਸੈੱਲ ਜਿਹੜਾ ਉਹ ਬਦਲਣਾ ਪਿਆ। ਤਾਂ ਇਸਦਾ ਸਹੀ ਆਂਸਰ ਆ ਜਾਏਗਾ 3 ਵਾਲੀ ਆਪਸ਼ਨ। ਦੂਜਾ ਕੁਐਸਚਨ ਹੈ, ਪ੍ਰੀਆ ਵੀਨਾ ਨੂੰ ਪੁੱਛਦੀ ਹੈ ਕਿ ਬਿਜਲੀ ਸੈੱਲ ਦੇ ਦੋਵੇਂ ਸਿਰੇ ਵੱਖ ਵੱਖ ਕਿਉਂ ਹੁੰਦੇ ਹਨ। ਤਾਂ ਵੀਨਾ ਉਸਨੂੰ ਦੱਸਦੀ ਹੈ ਕਿ ਇਸਦੇ 2 ਟਰਮੀਨਲ ਹੁੰਦੇ ਆ, ਇੱਕ ਧਨ ਟਰਮੀਨਲ, ਇੱਕ ਰਿਣ ਟਰਮੀਨਲ। ਧਨ ਟਰਮੀਨਲ ਸੈੱਲ ਡੈਸ਼ ਸਿਰਾ ਹੁੰਦਾ ਹੈ। ਜਿਹੜਾ ਧਨ ਟਰਮੀਨਲ ਹੈ, ਸੈੱਲ ਦੇਖੋ ਆਪਣੇ ਕੋਲ ਇਸ ਤਰ੍ਹਾਂ ਕਰਕੇ ਸੈੱਲ ਬਣਿਆ ਹੁੰਦਾ ਹੈ। ਉੱਪਰ ਵਾਲੇ ਪਾਸੇ ਉਸਦੀ ਕੀ ਹੁੰਦੀ ਹੈਗੀ, ਕੈਪ ਲੱਗੀ ਹੁੰਦੀ ਆ। ਤਾਂ ਇੱਧਰਲੇ ਪਾਸੇ ਸੈੱਲ ਦੇ ਪਲੱਸ ਲਿਖਿਆ ਹੁੰਦਾ, ਇੱਧਰਲੇ ਪਾਸੇ ਮਾਈਨਸ ਲਿਖਿਆ ਹੁੰਦਾ। ਪਲੱਸ ਵਾਲਾ ਕੀ ਹੁੰਦਾ ਹੈਗਾ, ਧਨ, ਅਤੇ ਮਾਈਨਸ ਵਾਲਾ ਕੀ ਹੁੰਦਾ ਹੈ, ਰਿਣ। ਤਾਂ ਧਨ ਟਰਮੀਨਲ ਸੈੱਲ ਦਾ ਕਿਹੜਾ ਹੁੰਦਾ, ਧਾਤੂ ਦੀ ਟੋਪੀ ਵਾਲਾ। ਜਿਹੜਾ ਡਿਸਕ ਵਾਲਾ ਹੁੰਦਾ ਥੱਲੇ ਵਾਲਾ ਪਾਸਾ, ਉਹ ਕੀ ਹੁੰਦਾ, ਰਿਣ ਟਰਮੀਨਲ। ਆ ਜਿਵੇਂ ਸੈੱਲ ਤੁਹਾਨੂੰ ਦਿਖਾਏ ਹੋਏ ਆ, ਉੱਪਰ ਵਾਲੇ ਪਾਸੇ ਕੀ ਹੈ, ਧਨ ਟਰਮੀਨਲ ਹੈ, ਥੱਲੇ ਕੀ ਹੈ, ਰਿਣ ਟਰਮੀਨਲ। ਤੀਜਾ ਪ੍ਰਸ਼ਨ ਹੈ, ਕ੍ਰਿਸ਼ਨ ਨੇ ਅਲੱਗ ਅਲੱਗ ਸਰਕਟ ਬਣਾਏ, ਉਹ ਦੇਖਣਾ ਚਾਹੁੰਦਾ ਹੈ ਕਿ ਕਿਸ ਸਰਕਟ ਵਿੱਚ ਬਲਬ ਜਗੇਗਾ। ਤਾਂ ਇਹ ਆਪਣੇ ਜੋ ਅਭਿਆਸ ਦੇ ਪ੍ਰਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਹੁੰਦਾ। ਤਾਂ ਸਭ ਤੋਂ ਪਹਿਲਾਂ ਦੇਖੋ ਕਿਹਦੇ ਵਿੱਚ ਬਲਬ ਜਗੇਗਾ। ਇਸ ਦੇ ਵਿੱਚ ਤਾਰਾਂ ਦੋਨੇ ਜੁੜੀਆਂ ਹੋਈਆਂ ਨੇ, ਪਲੱਸ ਵਾਲੇ ਪਾਸੋਂ ਵੀ ਜੁੜੀ ਹੋਈ ਹੈ, ਮਾਈਨਸ ਵਾਲੇ ਪਾਸੋਂ ਵੀ ਜੁੜੀ ਹੋਈ ਹੈ। ਤਾਂ ਊੜੇ ਦੇ ਵਿੱਚ ਬਲਬ ਜਗੇਗਾ। ਆੜੇ ਵਿੱਚ ਦੇਖਦੇ ਹਾਂ, ਇੱਧਰੋਂ ਤਾਰ ਲੱਗੀ ਹੋਈ ਹੈ, ਇੱਧਰੋਂ ਤਾਰ ਜਿਹੜੀ ਹੈਗੀ ਆ, ਆਹ ਦੇਖੋ ਇੰਨੇ ਥਾਂ ਦੇ ਵਿੱਚ ਤਾਰ ਟੁੱਟੀ ਹੋਈ ਹੈ, ਇਹਦੇ ਵਿੱਚ ਬਲਬ ਨਹੀਂ ਜਗਣਾ। ਈੜੀ ਦੇ ਵਿੱਚ ਉੱਪਰ ਵਾਲੇ ਪਾਸੋਂ ਤਾਰ ਟੁੱਟੀ ਹੋਈ ਹੈ, ਇਹ ਵੀ ਨਹੀਂ ਜਗਣਾ। ਸੱਸੇ ਦੇ ਵਿੱਚ ਧਨ ਟਰਮੀਨਲ ਜਿਹੜਾ ਹੈਗਾ ਉਹਨੂੰ ਜੋੜਿਆ ਹੀ ਨਹੀਂ, ਦੋਨੋਂ ਤਾਰਾਂ ਜਿਹੜੀਆਂ ਹੈਗੀਆਂ ਉਹ ਮਾਈਨਸ ਵਾਲੇ ਟਰਮੀਨਲ, ਰਿਣ ਟਰਮੀਨਲ 'ਤੇ ਲੱਗੀਆਂ, ਸੱਸਾ ਵੀ ਨਹੀਂ ਜਗਣਾ। ਹਾਹੇ ਵਿੱਚ ਦੋਨੇ ਤਾਰਾਂ ਕਿੱਥੇ ਲੱਗੀਆਂ ਹੋਈਆਂ, ਧਨ ਟਰਮੀਨਲ 'ਤੇ, ਇਹਨੇ ਵੀ ਨਹੀਂ ਜਗਣਾ। ਕੱਕੇ ਦੇ ਵਿੱਚ ਆਹ ਤਾਰ ਇੱਧਰੋਂ ਜਾਂਦੀ ਆ ਰਿਣ ਟਰਮੀਨਲ ਤੋਂ, ਅਤੇ ਇਹ ਤਾਰ ਉੱਪਰੋਂ ਆ ਕੇ ਧਨ ਟਰਮੀਨਲ ਤੋਂ ਜੁੜਦੀ ਆ, ਤਾਂ ਕੱਕੇ ਦੇ ਵਿੱਚ ਵੀ ਬਲਬ ਜਗੇਗਾ। ਤਾਂ ਕਿੰਨਿਆਂ ਵਿੱਚ ਬਲਬ ਜਗਦਾ, ਇੱਕ ਊੜੇ ਵਿੱਚ ਅਤੇ ਇੱਕ ਕੱਕੇ ਦੇ ਵਿੱਚ। ਤਾਂ ਆਪਸ਼ਨ ਸਾਡੇ ਕੋਲ ਆ ਜੂਗੀ ਦੂਸਰੀ। ਚੌਥਾ ਹੈ ਕਿ ਬਿਜਲੀ ਦਾ ਬਲਬ ਫਿਊਜ਼ ਕਿਉਂ ਹੁੰਦਾ ਹੈ, ਕਿਉਂ ਫਿਊਜ਼ ਹੁੰਦਾ ਹੈ। ਬਲਬ ਦਾ ਫਿਲਾਮੈਂਟ ਟੁੱਟਣ ਕਾਰਨ ਬਲਬ ਹੁੰਦਾ, ਬਲਬ ਦੇ ਵਿੱਚ ਇੱਥੇ ਅੰਦਰ ਤਾਰ ਹੁੰਦੀ ਹੈ ਬਰੀਕ, ਜਿਹਨੂੰ ਫਿਲਾਮੈਂਟ ਬੋਲਦੇ ਹਾਂ। ਤਾਂ ਬਲਬ ਫਿਊਜ਼ ਕਿਉਂ ਹੁੰਦਾ, ਜਦੋਂ ਫਿਲਾਮੈਂਟ ਟੁੱਟ ਜੇ ਉਦੋਂ ਉਹ ਬਲਬ ਕੀ ਹੋ ਜਾਂਦਾ, ਫਿਊਜ਼ ਹੋ ਜਾਂਦਾ। ਬਲਬ ਦੇ ਬਾਹਰੀ ਕੱਚ ਦੇ ਢੱਕਣ ਟੁੱਟਣ ਕਾਰਨ ਨਹੀਂ, ਬਲਬ ਦੀ ਮਾੜੀ ਗੁਣਵੱਤਾ ਕਾਰਨ ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ। ਤੇ ਇਹਨਾਂ ਦੇ ਵਿੱਚੋਂ ਕਿਹੜਾ ਆ ਜਾਊਗਾ, ਬਲਬ ਦੇ ਫਿਲਾਮੈਂਟ ਟੁੱਟਣ ਕਾਰਨ। ਤਾਂ ਪਹਿਲੀ ਆਪਸ਼ਨ ਸਾਡੀ ਸਹੀ ਆ। ਪੰਜਵਾਂ ਹੈ, ਬਿਜਲੀ ਬਲਬ ਵਿੱਚ ਕਿਹੜੀ ਅਕਿਰਿਆਸ਼ੀਲ ਗੈਸ ਭਰੀ ਹੁੰਦੀ ਹੈ। ਤਾਂ ਬਿਜਲੀ ਦਾ ਜਿਹੜਾ ਬਲਬ ਹੁੰਦਾ, ਜਿਹੜਾ ਆਹ ਵਾਲਾ ਵਾਈਟ ਪੋਰਸ਼ਨ ਹੁੰਦਾ, ਇਸ ਦੇ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ, ਆਰਗਨ। ਅੱਗੇ ਹੈ LED ਦਾ ਪੂਰਾ ਨਾਮ ਕੀ ਹੈ, LED ਦਾ ਜਿਹੜਾ ਪੂਰਾ ਨਾਮ ਹੈ ਉਹ ਹੈ ਲਾਈਟ ਐਮਿਟਿੰਗ ਡਾਇਓਡ, ਇਹ ਯਾਦ ਰੱਖਣਾ ਤੁਸੀਂ। ਸੱਤਵਾਂ ਹੈ, ਬਿਜਲੀ ਧਾਰਾ ਦੇ ਪ੍ਰਵਾਹ ਦੀ ਦਿਸ਼ਾ, ਬਿਜਲੀ ਧਾਰਾ ਕਿੱਧਰੋਂ ਕਿੱਧਰੋਂ ਚੱਲਦੀ ਹੈ। ਤਾਂ ਬਿਜਲੀ ਜਿਹੜੀ ਆ ਉਹ ਹਮੇਸ਼ਾ ਧਨ ਸਿਰੇ ਤੋਂ ਰਿਣ ਸਿਰੇ ਵੱਲ ਨੂੰ ਜਿਹੜੀ ਆ ਉਹ ਚੱਲਦੀ ਹੁੰਦੀ ਆ। ਜਿਵੇਂ ਆਪਣੇ ਕੋਲ ਇੱਥੇ ਸਰਕਟ ਆਪਾਂ ਬਣਾਈਏ, ਇਹ ਆਪਣੇ ਕੋਲ ਬੈਟਰੀ ਲੱਗੀ ਹੋਵੇ, ਜਿਹਦੀ ਵੱਡੀ ਡੰਡੀ ਉਹ ਪਲੱਸ ਹੁੰਦੀ ਆ, ਛੋਟੀ ਡੰਡੀ ਮਾਈਨਸ ਹੁੰਦੀ ਆ। ਇੱਥੇ ਆਪਣੇ ਕੋਲ ਬਲਬ ਲੱਗਿਆ ਹੋਵੇ, ਠੀਕ ਹੈ, ਇੱਥੇ ਆਪਣੇ ਕੋਲ ਸਵਿੱਚ ਲੱਗੀ ਹੋਵੇ, ਜਦੋਂ ਆਪਾਂ ਸਵਿੱਚ ਨੂੰ ਬੰਦ ਕਰ ਦਿੰਦੇ ਹਾਂ ਤਾਂ ਜਿਹੜੀ ਬਿਜਲੀ ਆ ਉਹਨੇ ਕਿੱਧਰ ਨੂੰ ਚੱਲਣਾ, ਬਿਜਲੀ ਚੱਲੂਗੀ ਪਲੱਸ ਤੋਂ ਮਾਈਨਸ ਵਾਲੇ ਪਾਸੇ ਇੱਧਰ ਨੂੰ, ਠੀਕ ਹੈ, ਐਵੇਂ ਐਵੇਂ ਕਰਕੇ ਜਿਹੜੀ ਬਿਜਲੀ ਉਹ ਚੱਲੂਗੀ। ਇਲੈਕਟ੍ਰੋਨ ਜਿਹੜੇ ਉਹ ਪੁੱਠੇ ਚੱਲਦੇ ਹੁੰਦੇ ਆ, ਇਲੈਕਟ੍ਰੋਨ ਮਾਈਨਸ ਤੋਂ ਪਲੱਸ ਵਾਲੇ ਪਾਸੇ ਨੂੰ ਚੱਲਦੇ ਆ ਅਤੇ ਬਿਜਲੀ ਉਸ ਤੋਂ ਉਲਟ ਵਾਲੇ ਪਾਸੇ ਨੂੰ ਚੱਲਦੀ ਹੁੰਦੀ ਹੈ। ਤਾਂ ਇਹਦਾ ਸਹੀ ਆਂਸਰ 1
ਵਾਲਾ ਆਜੂਗਾ। ਅੱਠਵਾਂ ਹੈ, ਸੁਰਜੀਤ ਨੇ ਬਾਲੀ ਨੂੰ ਦੱਸਿਆ ਕਿ ਉਹਦੇ ਕੋਲ ਇੱਕ ਮੋਟਰਸਾਈਕਲ ਹੈ ਜੋ ਬਿਨਾਂ ਪੈਟਰੋਲ 'ਤੇ ਚੱਲਦਾ ਹੈ। ਬਾਲੀ ਹੈਰਾਨ ਹੋ ਜਾਂਦਾ ਹੈ। ਸੁਰਜੀਤ ਦੱਸਦਾ ਕਿ ਉਸਦਾ ਮੋਟਰਸਾਈਕਲ ਡੈਸ਼ 'ਤੇ ਚੱਲਦਾ ਹੈ। ਹੁਣ ਦੇਖੋ, ਹਵਾ 'ਤੇ ਮੋਟਰਸਾਈਕਲ ਨਹੀਂ ਚੱਲ ਸਕਦਾ, ਮਿੱਟੀ 'ਤੇ ਨਹੀਂ ਚੱਲ ਸਕਦਾ, ਪਾਣੀ 'ਤੇ ਨਹੀਂ ਚੱਲ ਸਕਦਾ, ਤਾਂ ਉਹਦਾ ਮੋਟਰਸਾਈਕਲ ਕਾਹਤੇ ਚੱਲਦਾ ਹੈ? ਬੈਟਰੀ ਦੇ ਉੱਪਰ ਚੱਲਦਾ ਹੈਗਾ। ਅੱਜ ਕੱਲ੍ਹ ਤੁਸੀਂ ਈ ਰਿਕਸ਼ਾ ਜਿਹੜੇ ਹੈਗੇ ਉਹ ਦੇਖੇ ਹੀ ਆ, ਜਿਹੜੇ ਸੋਲਰ ਪੈਨਲ ਦੇ ਸਹਾਇਤਾ ਨਾਲ ਚੱਲਦੇ ਆ, ਉਹਨਾਂ ਦੇ ਵਿੱਚ ਵੀ ਕੀ ਹੁੰਦੀ ਹੈਗੀ? ਬੈਟਰੀ ਹੁੰਦੀ ਆ, ਉਹ ਚਾਰਜ ਹੁੰਦੇ ਰਹਿੰਦੇ ਆ, ਫਿਰ ਉਹਦੇ ਨਾਲ ਈ ਰਿਕਸ਼ਾ ਚੱਲਦੇ ਆ। ਈ ਦਾ ਮਤਲਬ ਇਲੈਕਟ੍ਰੀਸਿਟੀ, ਬਿਜਲੀ, ਠੀਕ ਹੈ। ਉਹ ਉਪਕਰਨ ਜੋ ਬਿਜਲੀ ਧਾਰਾ ਦੇ ਪ੍ਰਵਾਹ ਨੂੰ ਸ਼ੁਰੂ ਕਰ ਸਕਦਾ ਜਾਂ ਰੋਕ ਸਕਦਾ, ਉਸਨੂੰ ਕੀ ਕਹਿੰਦੇ ਹੁੰਦੇ ਆ ਆਪਾਂ? ਹੁਣ ਜਦੋਂ ਆਪਾਂ ਪੱਖਾ ਚਲਾਉਣਾ ਹੁੰਦਾ ਤਾਂ ਆਪਾਂ ਕਿਹਦੀ ਵਰਤੋਂ ਕਰਦੇ ਹਾਂ? ਸਵਿੱਚ ਦੀ। ਸਵਿੱਚ ਤੋਂ ਹੀ ਆਪਾਂ ਜਿਹੜਾ ਹੈਗਾ ਉਹਨੂੰ ਛੱਡਦੇ ਹਾਂ ਤਾਂ ਪੱਖਾ ਚੱਲ ਪੈਂਦਾ ਹੈ, ਜਦੋਂ ਔਨ ਕਰਦੇ ਹਾਂ, ਜਦੋਂ ਔਫ ਕਰਦੇ ਹਾਂ ਤਾਂ ਪੱਖਾ ਬੰਦ ਹੋ ਜਾਂਦਾ ਹੈ। ਇਵੇਂ ਬਲਬ ਛੱਡਣ ਵਾਸਤੇ ਵੀ ਆਪਾਂ ਸਵਿੱਚ ਦੀ ਵਰਤੋਂ ਕਰਦੇ ਹਾਂ, ਤਾਂ ਇਸਦਾ ਆਂਸਰ ਕੀ ਹੋਊਗਾ? ਬਿਜਲੀ ਸਵਿੱਚ। ਫਿਰ ਉਹ ਫਿਲਾਮੈਂਟ ਜਿਸਦਾ ਪਿਘਲਣ ਦਰਜਾ ਘੱਟ ਹੁੰਦਾ ਹੈ, ਉਹ ਡੈਸ਼ ਲਈ ਵਰਤਿਆ ਜਾਂਦਾ। ਜਿਹੜਾ ਫਿਲਾਮੈਂਟ ਜਲਦੀ ਪਿਘਲ ਕੇ ਟੁੱਟ ਜੇ, ਉਹਨੂੰ ਅਸੀਂ ਕਾਹਦੇ ਵਾਸਤੇ ਵਰਤਦੇ ਹਾਂਗੇ? ਫਿਊਜ ਦੇ ਲਈ, ਠੀਕ ਹੈ। 11ਵਾਂ ਹੈ, ਬਲਬ ਦੇ ਅੰਦਰ ਮੌਜੂਦ ਪਦਾਰਥ ਜੋ ਗਰਮ ਹੋਣ 'ਤੇ ਚਮਕਦਾ ਹੈ, ਉਸਨੂੰ ਕੀ ਕਹਿੰਦੇ ਹਾਂ? ਤਾਂ ਉਸਨੂੰ ਅਸੀਂ ਬੋਲਦੇ ਹਾਂ ਫਿਲਾਮੈਂਟ। ਜਿਹੜਾ ਗਰਮ ਹੋ ਕੇ ਚਮਕਦਾ ਅਤੇ ਫਿਰ ਸਾਨੂੰ ਰੋਸ਼ਨੀ ਦਿੰਦਾ, ਉਹ ਫਿਲਾਮੈਂਟ ਹੁੰਦਾ। ਬਿਜਲੀ ਦੇ ਝਟਕਿਆਂ ਤੋਂ ਰੋਕਣ ਲਈ ਧਾਤ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਕਿਸ ਨਾਲ ਟਕਿਆ ਜਾਂਦਾ ਹੈ? ਧਾਤ ਦੀਆਂ ਬਿਜਲੀ, ਆਪਾਂ ਆਮ ਹੀ ਦੇਖਦੇ ਹਾਂ ਸਾਡੇ ਘਰਾਂ ਵਿੱਚ ਜਿਹੜੀ ਬਿਜਲੀ ਦੀ ਤਾਰ ਹੁੰਦੀ ਆ, ਉਹਦੇ ਉੱਪਰ ਪਲਾਸਟਿਕ ਚੜੀ ਹੁੰਦੀ ਆ, ਹੈ ਨਾ? ਕਾਗਜ਼ ਤਾਂ ਹੁੰਦਾ ਨਹੀਂ, ਨਾ ਕਪਾਹ ਹੁੰਦੀ ਆ, ਨਾ ਅਲਮੀਨੀਅਮ। ਅਲਮੀਨੀਅਮ ਤਾਪ ਧਾਤ ਹੈ। ਜੇ ਇਹਦੀ ਤਾਰ ਦੇ ਉੱਤੇ ਅਲਮੀਨੀਅਮ ਚੜਾ ਦਿੱਤਾ, ਝਟਕੇ ਲੱਗਣਗੇ, ਤਾਂ ਇਹਨਾਂ ਵਿੱਚੋਂ ਕੋਈ ਨਹੀਂ ਹੋ ਸਕਦਾ, ਤਾਂ ਉਹਦੇ ਉੱਪਰ ਕੀ ਚੜਾਇਆ ਹੁੰਦਾ? ਪਲਾਸਟਿਕ। 13ਵਾਂ ਹੈ, ਇੱਕ ਬਲਬ ਵਿੱਚ ਡੈਸ਼ ਹੁੰਦੇ ਹਨ। ਇੱਕ ਬਲਬ ਦੇ ਵਿੱਚ ਕੀ ਹੁੰਦਾ? ਦੋ ਟਰਮੀਨਲ ਹੁੰਦੇ ਆ, ਇੱਕ ਕੀ ਹੁੰਦਾ ਉਹਦੇ ਵਿੱਚ? ਫਿਲਾਮੈਂਟ, ਠੀਕ ਹੈ। ਤਾਂ ਇਹੋ ਹੀ ਆਏਗਾ ਇਹਦਾ ਆਂਸਰ। ਦੋ ਟਰਮੀਨਲ, ਦੋ ਫਿਲਾਮੈਂਟ ਨਹੀਂ ਹੁੰਦੇ। ਸਿੰਗਲ ਟਰਮੀਨਲ, ਸਿੰਗਲ ਫਿਲਾਮੈਂਟ, ਫਿਰ ਤਾਂ ਬਲਬ ਜਗਣਾ ਹੀ ਨਹੀਂ ਗਾ। ਦੋ ਤੋਂ ਜ਼ਿਆਦਾ ਟਰਮੀਨਲ ਅਤੇ ਸਿੰਗਲ ਫਿਲਾਮੈਂਟ, ਇਹ ਵੀ ਨਹੀਂ ਹੁੰਦੇ, ਠੀਕ ਹੈ। ਤਾਂ ਪਹਿਲਾ ਇਹਦਾ ਸਹੀ ਆਂਸਰ ਹੈ। ਉਸ ਤੋਂ ਅੱਗੇ ਬੈਟਰੀ ਕੀ ਹੈ? ਬੈਟਰੀ ਜਦੋਂ ਆਪਾਂ ਇਸ ਤਰ੍ਹਾਂ ਕਰਕੇ ਲਾਉਣੇ ਆ, ਇਸ ਨੂੰ ਤਾਂ ਬੋਲਦੇ ਹੁੰਦੇ ਆ ਸੈੱਲ, ਜਿਹੜਾ ਸਿੰਗਲ ਹੁੰਦਾ। ਜੇ ਇਸ ਦੇ ਵਿੱਚ ਐਵੇਂ ਕਰਕੇ ਆਪਾਂ ਹੋਰ ਜੋੜ ਦਈਏ, ਇਹਨਾਂ ਨੂੰ ਬੋਲ ਦਿੰਦੇ ਆ ਸੈੱਲਾਂ ਦਾ ਸੁਮੇਲ। ਜਦੋਂ ਇੱਕ ਤੋਂ ਜ਼ਿਆਦਾ ਸੈੱਲ ਜੁੜ ਜਾਣ, ਤਾਂ ਫਿਰ ਉਸਨੂੰ ਅਸੀਂ ਕੀ ਨਾਮ ਦੇ ਦਿੰਦੇ ਹਾਂ? ਉਹ ਹੁੰਦੀ ਆ ਬੈਟਰੀ, ਠੀਕ ਹੈ। ਤਾਂ ਸੈੱਲਾਂ ਦਾ ਸੁਮੇਲ ਜਿਹਦੇ ਵਿੱਚ ਪਲੱਸ ਤੋਂ ਮਾਈਨਸ ਜੁੜੇ ਹੁੰਦੇ, ਜਿਵੇਂ ਆਹ ਦੇਖੋ, ਆਹ ਸੀਗਾ ਮਾਈਨਸ, ਉਦੋਂ ਬਾਅਦ ਪਲੱਸ ਜੁੜਿਆ, ਫਿਰ ਮਾਈਨਸ, ਫਿਰ ਪਲੱਸ ਜੁੜਿਆ, ਠੀਕ ਹੈ। ਪਲੱਸ ਮਾਈਨਸ ਜੁੜੇ ਹੋਏ ਹੋਣ, ਉਸ ਸੈੱਲਾਂ ਦੇ ਸੁਮੇਲ ਨੂੰ ਅਸੀਂ ਬੈਟਰੀ ਬੋਲਦੇ ਹਾਂ। ਉਸ ਤੋਂ ਬਾਅਦ ਹੈ ਬਲਬ ਪ੍ਰਕਾਸ਼ਮਾਨ ਕਦੋਂ ਹੋਵੇਗਾ? ਬਲਬ ਕਦੋਂ ਪ੍ਰਕਾਸ਼ਮਾਨ ਹੁੰਦਾ? ਬੰਦ ਸਰਕਟ ਦੇ ਵਿੱਚ, ਠੀਕ ਹੈ। ਓਪਨ ਸਰਕਟ ਦੇ ਵਿੱਚ ਨਹੀਂ। ਓਪਨ ਸਰਕਟ ਦਾ ਮਤਲਬ ਹੈ ਕਿ ਜਿਹੜੀ ਸਵਿੱਚ ਸੀਗੀ, ਸਵਿੱਚ ਨੂੰ ਅਸੀਂ ਔਫ ਦੇ ਵਿੱਚ ਰੱਖਿਆ ਵੀ ਹੈਗਾ, ਸਵਿੱਚ ਹਜੇ ਛੱਡੀ ਨਹੀਂ, ਤਾਂ ਪੱਖੇ ਨੇ ਚੱਲਣਾ ਨਹੀਂ ਗਾ, ਹੈ ਨਾ, ਨਾ ਬਲਬ ਨੇ ਚੱਲਣਾ ਹੈਗਾ ਜਦੋਂ ਸਵਿੱਚ ਔਫ ਹੈ। ਬੰਦ ਸਰਕਟ ਦਾ ਮਤਲਬ ਹੈ ਕਿ ਅਸੀਂ ਸਵਿੱਚ ਨੂੰ ਕੀ ਕਰਤਾ? ਔਨ ਕਰਤਾ। ਜਦੋਂ ਬਿਜਲੀ ਤਾਰਾ ਸਰਕਟ ਵਿੱਚੋਂ ਲੰਘੇ, ਤਾਂ ਇਹ ਵੀ ਸਹੀ ਹੈਗਾ। ਜਦੋਂ ਤਾਰ ਵਿੱਚ ਬਿਜਲੀ ਜਾਊਗੀ, ਫਿਰ ਹੀ ਤਾਂ ਬਲਬ ਜਗੂਗਾ, ਤਾਂ ਇਹਦਾ ਆਂਸਰ ਆਜੂਗਾ ਚੌਥਾ, ਕਿ ਪਹਿਲਾ ਅਤੇ ਤੀਜਾ ਦੋਵੇਂ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਲਬ ਜਗੇਗਾ। ਤਾਂ ਇਹ ਸੀਗੇ ਅੱਜ ਦੇ ਸਾਡੇ 15 ਕੁਸ਼ਚਨ, ਇਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਦੇਖ ਲੈਣਾ। ਧੰਨਵਾਦ।